ਇਹ ਗੱਲ ਅਸੀਂ ਸਵਾਗਤ ਕਰਾਂਗੇ ਜੇ ਸਖਤਾਈ ਕਰਦੇ ਨੇ ਪਰ ਇਹ ਸਖਤਾਈ ਦੇ ਨਾਲ ਜਿਹੜੇ ਰਿਜ਼ਲਟ ਉਹ ਚਾਹੁੰਦੇ ਨੇ ਉਹ ਨਹੀਂ ਮਿਲਣੇ ਕਿਉਂਕਿ ਇਕੱਲਾ ਗੀਤ ਗਾ ਦੇਣਾ ਨਹੀਂ ਮੈਂ ਤਾਂ ਇੱਥੇ ਕਲਾਕਾਰ ਉਹਨਾਂ ਨੂੰ ਜਾਣਦਾ ਜਿਨ੍ਹਾਂ ਨੇ ਲਾਰੈਂਸ ਨੂੰ ਉਹਦਾ ਭਰਾ ਕਿਹਾ ਫਿਰੋਜ਼ਪੁਰ ਦੀ ਜੇਲ੍ਹ ਦੇ ਵਿੱਚ ਖਾੜਾ ਲਾ ਕੇ ਆਏ ਨੇ ਔਰ ਇਹਨਾਂ ਨੇ ਸਪੌਂਸਰ ਕੀਤੇ ਮੈਨੂੰ ਦੱਸੋ ਵੀ ਉਹ ਜੇਲ੍ਹ ਮੰਤਰੀ ਸੀਗੇ ਔਰ ਉਹਨਾਂ ਨੇ ਇਹ ਗੱਲ ਕਹੀ ਵੀ ਜਿਹੜਾ ਸ਼ੋਅ ਬਹੁਤ ਲਾਉਂਦੇ ਆ ਜਿਹੜਾ ਸਵਾਦ ਅੱਜ ਆਇਆ ਨਾ ਸ਼ੋਅ ਲੈ ਕੇ ਉਹ ਕਦੇ ਨਹੀਂ ਆਇਆ ਇਹੋ ਜਿਹੇ ਕਲਾਕਾਰਾਂ ਦੀ ਪਹਿਚਾਣ ਕਰੂਗੀ ਸਰਕਾਰ ਔਰ ਮੈਂ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਦਾ ਇੱਕ ਔਰ ਮੈਂ ਤੁਹਾਨੂੰ ਚੈਟ ਦੇਊਂਗਾ ਜਿਹਦੇ ਵਿੱਚ ਕਲਾਕਾਰ ਚੈਟ ਕਰ ਰਿਹਾ ਮੈਂ ਲਾਰੈਂਸ ਦੇ ਬੰਦਿਆਂ ਨੂੰ ਮਿਲ ਕੇ ਆ ਰਿਹਾ ਫਲਾਨੀ ਜਗ੍ਹਾ ਤੋਂ ਕੀ ਫੜੂੰਗਾ ਇਹਨਾਂ ਨੂੰ ਚੰਗੀ ਗੱਲ ਅਸੀਂ ਤਾਂ ਸਵਾਗਤ ਕਰਾਂਗੇ ਜੇ ਸਖਤਾਈ ਕਰਦੇ ਨੇ ਪਰ ਇਹ ਸਖਤਾਈ ਦੇ ਨਾਲ ਜਿਹੜੇ ਰਿਜ਼ਲਟ ਉਹ ਚਾਹੁੰਦੇ ਨੇ ਉਹ ਨਹੀਂ ਮਿਲਣੇ ਕਿਉਂਕਿ ਇਕੱਲਾ ਗੀਤ ਗਾ ਦੇਣਾ ਨਹੀਂ ਮੈਂ ਤਾਂ ਇੱਥੇ ਕਲਾਕਾਰ ਉਹਨਾਂ ਨੂੰ ਜਾਣਦਾ ਜਿਨ੍ਹਾਂ ਨੇ ਲਾਰੈਂਸ ਨੂੰ ਉਹਦਾ ਭਰਾ ਕਿਹਾ ਫਿਰੋਜ਼ਪੁਰ ਦੀ ਜੇਲ੍ਹ ਦੇ ਵਿੱਚ ਖਾੜਾ ਲਾ ਕੇ ਆਏ ਨੇ ਔਰ ਇਹਨਾਂ ਨੇ ਸਪੌਂਸਰ ਕੀਤੇ ਮੈਨੂੰ ਦੱਸੋ ਵੀ ਉਹ ਜੇਲ੍ਹ ਮੰਤਰੀ ਸੀਗੇ।